UK ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਹੁਣ ਵੱਧ ਰਕਮ ਅਦਾ ਕਰਨੀ ਪਵੇਗੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਇਸ ਸੰਬੰਧੀ ਵੱਡਾ ਐਲਾਨ ਕੀਤਾ ਹੈ ਸੁੰਕ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀਆਂ ਸਮੇਤ ਦੁਨੀਆ ਭਰ ਦੇ ਵੀਜ਼ਾ ਬਿਨੇਕਾਰਾਂ ਦੁਆਰਾ ਅਦਾ ਕੀਤੀ ਗਈ ਫੀਸ ਅਤੇ ਬ੍ਰਿਟੇਨ ਦੀ ਰਾਜ ਦੁਆਰਾ ਫੰਡ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ ਨੂੰ ਅਦਾ ਕੀਤੇ ਗਏ ਸਿਹਤ ਸਰਚਾਰਜ ਵਿੱਚ ਮਹੱਤਮਪੂਰਨ ਵਾਧਾ ਹੋਣਾ ਤੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਦੇਸ਼ ਵਿੱਚ ਜਨਤਕ ਖੇਤਰ ਦੀਆਂ ਤਨਖਾਹਾਂ 'ਚ ਵਾਧੇ ਨੂੰ ਪੂਰਾ ਕਰਨ ਦੇ ਲਈ ਲਿਆ ਗਿਆ ਾਇ ਅਧਿਆਪਕ ਪੁਲਿਸ ਜੂਨੀਅਰ ਡਾਕਟਰ ਅਤੇ ਹੋਰ ਜਨਤਕ ਖੇਤਰ ਦੇ ਕਰਮਚਾਰੀਆਂ ਦੀ ਤਨਖਾਹਾਂ ਦੀ ਸੁਤੰਤਰ ਸਮੀਖਿਆ ਦੀ ਸਿਫਾਰਿਸ਼ ਨੂੰ ਸਵੀਕਾਰ ਕਰਨ ਲਈ ਦਬਾਅ ਦਾ ਸਾਹਮਣਾ ਕਰਦੇ ਹੋਏ ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ 5 ਤੋਂ 7% ਦੇ ਵਿਚਕਾਰ ਤਨਖਾਹ ਵਾਅਦੇ ਦੀ ਪੁਸ਼ਟੀ ਕੀਤੀ ਹੈ ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਉੱਚ ਸਰਕਾਰੀ ਕਰਜ਼ ਦੇ ਨਾਲ ਪੂਰਾ ਨਹੀਂ ਹੋਏਗਾ ਅਤੇ ਇਸ ਦੇ ਲਈ ਲਾਗਤ ਨੂੰ ਹੋਰ ਕਿਤੇ ਤੋਂ ਪੂਰਾ ਨਾ ਕਰਨਾ ਪੈਗਾ ਸੁਨਕ ਨੇ ਇੱਕ ਡਾਊਨਿੰਗ ਸਟਰੀਟ ਪ੍ਰੈਸ ਕਾਨਫਰੰਸ ਨੂੰ ਕਿਹਾ ਕਿ ਜੇਕਰ ਅਸੀਂ ਜਨਤਕ ਖੇਤਰ ਦੇ ਕਰਮਚਾਰੀਆਂ ਲਈ ਉੱਚ ਤਨਖਾਹ ਨੂੰ ਤਰਜੀਹ ਦੇਣ ਜਾ ਰਹੇ ਹਾਂ ਤਾਂ ਪੈਸਾ ਕਿਸੇ ਹੋਰ ਢੰਗ ਨਾਲ ਲਿਆਉਣਾ ਹੋਵੇਗਾ ਸੁਨਕ ਨੇ ਅੱਗੇ ਕਿਹਾ ਕਿ ਮੈਂ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਇਸ ਵਿੱਚ ਪਾਉਣ ਦੇ ਲਈ ਤਿਆਰ ਨਹੀਂ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਹੋਰ ਉਧਾਰ ਲੈਣਾ ਇੱਕ ਜ਼ਿੰਮੇਵਾਰ ਕਦਮ ਜਾਂ ਸਹੀ ਹੋਵੇਗਾ ਇਹ ਮਹਿੰਗਾਈ ਦੀ ਸਥਿਤੀ ਨੂੰ ਹੋਰ ਵਿਗਾੜ ਦੇਗਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਪੈਸਾ ਇਕੱਠਾ ਕਰਨ ਦੇ ਲਈ ਦੋ ਕੰਮ ਕੀਤੇ ਨੇ ਪਹਿਲਾ ਇਹ ਕਿ ਅਸੀਂ ਵੀਜ਼ਾ ਲਈ ਅਪਲਾਈ ਕਰਨ ਵਾਲੇ ਵਾਸੀਆਂ ਦੀ ਫੀਸ ਵਧਾਉਣ ਜਾ ਰਹੇ ਆ ਇਸ ਨੂੰ ਅਸਲ ਵਿੱਚ ਇਮੀਗ੍ਰੇਸ਼ਨ ਹੈਲਥ ਸਰਚਾਰਜ ਕਿਹਾ ਜਾਂਦਾ ਹੈ ਜੋ ਉਹ ਫੀਸ ਹੈ ਜੋ ਐਨ ਐਚ ਐਸ ਤੱਕ ਪਹੁੰਚ ਕਰਨ ਲਈ ਅਦਾ ਕਰਦੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਸਾਰੀਆਂ ਫੀਸਾਂ ਵਧਣ ਜਾ ਰਹੀਆਂ ਨੇ ਤੇ ਇਸ ਨਾਲ 1 ਬਿਲੀਅਨ ਪਾਉਂਡ ਤੋਂ ਵੱਧ ਰਕਮ ਜੁਟਾਈ ਜਾਏਗੀ ਇਸ ਲਈ ਵੀਜ਼ਾ ਅਰਜ਼ੀ ਫੀਸਾਂ ਅਤੇ ਆਈ ਐਚ ਐਸ ਵਿੱਚ ਵਾਧਾ ਮਹੱਤਮਪੂਰਨ ਵਾਧਾ ਹੋਏਗਾ